नमाज़ां पढ़दा रवे, रोज़े रखदा रवे, सदके करदा रवे, जिन्ना मर्जी कोशिश कर ले रब नूं राजी करन की अल्लाह राजी नहीं हो सकदे। क्यों? और बुलबुल ते चिड़िया चकोरा किस्सा सब दा सुनाया नहीं जांदा, मेरे अल्लाह तू दाता है सब दा, तेरा दर छड़ के जाया नहीं जांदा। अल्हम्दुलिल्लाह الحمد لله الذي هدانا لهذا وما كنا لنهتدي لولا أن هدانا الله اللهم صل على محمد وعلى وبارك وسلم وسل عليه أما بعد فأعوذ بالله من الشيطان الرجيم بسم الله الرحمن الرحيم فإن آمنوا بمثل ما آمنتم به فقد اهتدوا وإن تولوا فإنما هم في شقاق فسيكفيكهم الله وهو السميع العليم میرے اللہ تو داتا ہے سب دا تیرا छड़ के जाया नहीं जांदा। बोलो साडा दादा कौन है? सारे बोलो कौन है? मेरे अल्लाह तू दाता है सब दा, तेरा दर छड़ के जाया नहीं जांदा, सब दा मुश्किल कुशाए तू कल्ला, मौला तेनू भुलाया नहीं जांदा। और सारी दुनिया तेरा रिज़क खावे, सारी दुनिया तेरा रिज़क खावे, तेरे घर विच जरा कमी भी ना आवे। मोर बुलबुल ते चिड़िया चकोरा, मोर बुलबुल ते चिड़िया
ਕਿਹੜੀਆਂ ਚਕੋਰਾਂ ਕਿੱਸਾ ਸਭ ਦਾ ਸੁਣਾਇਆ ਨਹੀਂ ਜਾਂਦਾ ਮੇਰੇ ਅੱਲਾ ਤੂੰ ਦਾਤਾ ਏ ਸਭ ਦਾ ਤੇਰਾ ਦਰ ਛੱਡ ਕੇ ਜਾਇਆ ਨਹੀਂ ਜਾਂਦਾ ਔਰ ਬੰਦੇ ਅੱਲਾ ਤੇ ਅੱਲਾ ਦਾ ਖਾ ਕੇ ਬੰਦੇ ਅੱਲਾ ਦੇ ਅੱਲਾ ਦਾ ਖਾ ਕੇ ਜਾਣ ਕਬਰਾਂ ਤੇ ਸਿਰ ਨੂੰ ਝੁਕਾ ਕੇ ਸਾਥੋਂ ਥਾਂ ਥਾਂ ਸ਼ਿਰਕ ਦੀ ਵਬਾ ਵਿੱਚ ਸਾਥੋਂ ਥਾਂ ਥਾਂ ਸ਼ਿਰਕ ਦੀ ਵਬਾ ਵਿੱਚ ਇਮਾਨ ਆਪਣਾ ਗਵਾਇਆ ਨਹੀਂ ਜਾਂਦਾ ਮੇਰੇ ਅੱਲਾ ਤੂੰ ਦਾਤਾ ਏ ਸਭ ਦਾ ਤੇਰਾ ਦਰ ਛੱਡ ਕੇ ਜਾਇਆ ਨਹੀਂ ਜਾਂਦਾ ਮੁਖਤਸਰ ਹਮਦੋ ਸਨਾ ਦਰੂਦੋ ਸਲਾਮ ਤੋਂ ਬਾਅਦ ਮਾਸ਼ਾਅੱਲਾ ਮੇਰੇ ਤੋਂ ਕਬਲ ਸ਼ੁਆਰਾਏ ਇਸਲਾਮ ਕੁਰਾਏ ਕਿਰਾਮ ਆਪਣੇ ਆਪਣੇ ਅੰਦਾਜ਼ ਦੇ ਨਾਲ ਤੁਹਾਡੇ ਨਾਲ ਹਮ ਕਲਾਮ ਸਨ ਬਰਾਦਰੇ ਅਕਬਰ ਸ਼ਾਹੀ ਇਸਲਾਮ ਹਾਫਿਜ਼ ਅਬਦੁੱਲ ਅਜ਼ੀਮ ਰੱਬਾਨੀ ਸਾਹਿਬ ਬੜੇ ਪਿਆਰੇ ਅੰਦਾਜ਼ ਦੇ ਨਾਲ ਤੁਹਾਨੂੰ ਹਮਦ ਔਰ ਨਾਜ਼ ਸੁਣਾ ਰਹੇ ਸਨ ਔਰ ਮੇਰੇ ਤੋਂ ਬਾਅਦ ਵੀ ਇਨਸ਼ਾਅੱਲਾ ਰਹਿਮਾਨ ਖੁਤਬਾ ਉਲਮਾ ਆਪਣੇ ਆਪਣੇ ਅੰਦਾਜ਼ ਦੇ ਨਾਲ ਤੁਹਾਡੇ ਨਾਲ ਹਮ ਕਲਾਮ ਹੋਣਗੇ ਇਹ ਤੇ ਸਾਡੇ ਕਾਰੀ ਸਾਹਿਬ ਕਾਰੀ ਮੁਨੀਰ ਅਹਿਮਦ ਬੱਟੂ ਸਾਹਿਬ ਉਹਨਾਂ ਦੀ ਗੁਜ਼ਾਰਿਸ਼ ਸੀ ਕਿ ਤੁਸੀਂ ਵੀ ਚਲੋ ਬਿਆਨ ਕਰਦੇ ਹੋ ਇਨਸ਼ਾਅੱਲਾ ਰਹਿਮਾਨ ਚੰਦ ਗੱਲਾਂ ਕੁਰਾਨ ਔਰ ਹਦੀਸ ਦੀਆਂ ਮੈਂ ਤੁਸਾਂ ਹਵਾਬ ਦੇ ਸਾਹਮਣੇ ਬਿਆਨ ਕਰਨੀਆਂ ਚਾਹੁੰਦਾ ਸਾਹਿਬੋ ਬਜ਼ੁਰਗੋ ਅਜ਼ੀਜ਼ ਸਾਥੀਓ ਅੱਜ ਦਾ ਇਹ ਪ੍ਰੋਗਰਾਮ ਜਿਸ ਪੁਰ ਮੁਸਰਤ ਮੌਕੇ ਤੇ ਮੁਨੱਕਿਦ ਕੀਤਾ ਗਿਆ ਹੈ ਮੇਰੇ ਪਿਆਰੇ ਭਾਈ ਮਲਕ ਅਦਨਾਨ ਸਾਹਿਬ ਉਹਨਾਂ ਦੀ ਸ਼ਾਦੀ ਦੇ ਪੁਰ ਮੁਸਰਤ ਮੌਕੇ ਤੇ ਇਸ ਪ੍ਰੋਗਰਾਮ ਦਾ ਇਨਕਾਦ ਕੀਤਾ ਗਿਆ ਹੈ ਤੁਸੀਂ ਜਾਣਦੇ ਹੋ ਸਾਰੇ ਹੀ ਇਸ ਦੁਨੀਆਂ ਦੇ ਅੰਦਰ ਰਹਿੰਦੇ ਨੇ ਕਿਤੇ ਸ਼ਾਦੀ ਹੁੰਦੀ ਹੈ ਸਭ ਤੋਂ ਪਹਿਲੇ ਅੱਲਾਹ ਜ਼ੁਲ ਜਲਾਲ ਵਲ ਕਰਾਮ ਦੀਆਂ ਨਾ ਫਰਮਾਨੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਹੈ ਅੱਲਾਹ ਅੱਲਾਹ ਦੇ ਪੈਗੰਬਰ ਦਾ ਹੁਕਮ ਹੈ ਕਿ ਨਿਕਾਹ ਕਰੋ ਨਬੀ ਪਾਕ ਦਾ ਫਰਮਾਨ ਹੈ ਅਨ ਨਿਕਾਹ ਮਿਨ ਸੁਨਨਤੀ ਇਹ ਨਿਕਾਹ ਮੇਰੀ ਸੁਨਨਤ ਹੈ ਲੇਕਿਨ ਤੁਸੀਂ ਜਾਣਦੇ ਹੋ ਮਹਿੰਦੀਆਂ ਤੇ ਬਰਾਤਾਂ ਤੇ ਕੰਜਰਾਂ ਨੂੰ ਬੁਲਾਇਆ ਜਾਂਦਾ ਔਰ ਗਾਣਿਆਂ ਦਾ ਢੋਲਾਂ ਦਾ ਇੰਤਜ਼ਾਮ ਕੀਤਾ ਜਾਂਦਾ ਕਿਤਨੀ ਹੀ ਪੁਰਮਸਰਤ ਉਹ ਸ਼ਾਦੀ ਹੋਏਗੀ ਜਿਹਦੇ ਅੰਦਰ ਕਿਸੇ ਆਲਮੇ ਦੀਨ ਨੂੰ ਬੁਲਾਇਆ ਜਾਏ ਕੁਰਾਨ ਸੁਨਨਤ ਦੀ ਮਹਿਫਲ ਸਜਾਈ ਜਾਏ ਔਰ ਫਿਰ ਜਦੋਂ ਇਹ ਮਹਿਫਲ ਮੁਕੰਮਲ ਹੋ ਜਾਏ ਇਹ ਨਾ ਸਮਝਿਆ ਜੇ ਇਸ ਮਹਿਫਲ ਦੇ ਅੰਦਰ ਤੁਸੀਂ ਇਕੱਲੇ ਹੀ ਬੈਠੇ ਹੋ ਅੱਲਾਹ ਜ਼ੁਲ ਜਲਾਲ ਵਲ ਕਰਾਮ ਦੇ ਫਰਿਸ਼ਤਿਆਂ ਦੀ ਪੂਰੀ ਫੌਜ ਇਸ ਮਹਿਫਲ ਦੇ ਅੰਦਰ ਬੈਠੀ ਏ ਜਦੋਂ ਪ੍ਰੋਗਰਾਮ ਮੁਕੰਮਲ ਹੋਏਗਾ ਫਰਿਸ਼ਤੇ ਰੱਬ ਦੇ ਕੋਲ ਜਾਣਗੇ ਹਾਲਾਂ ਅੱਲਾਹ ਸਭ ਜਾਣਦੇ ਨੇ ਫਿਰ ਵੀ ਅੱਲਾਹ ਪੁੱਛਣਗੇ ਐ ਮੇਰੇ ਫਰਿਸ਼ਤਿਓ ਕਿੱਥੋਂ ਆ ਰਹੇ ਜੇ ਫਰਿਸ਼ਤੇ ਕਹਿਣਗੇ ਅੱਲਾਹ ਸੋਹਣਿਆ ਜਾਮਿਆ ਮਸਜਿਦ ਅਕਸਾ ਦੇ ਅੰਦਰ ਮਿਆਉ ਕਲੂਨੀ ਦੇ ਅੰਦਰ ਉੱਥੇ ਉਲਾਮਾ ਔਰ ਲੋਕ ਤੇਰਾ ਕੁਰਾਨ ਪੜ੍ਹ ਰਹੇ ਸਨ ਤੇਰਾ ਕੁਰਾਨ ਸੁਣ ਰਹੇ ਸਨ ਅੱਲਾਹ ਅਸੀਂ ਵੀ ਤੇਰਾ ਕੁਰਾਨ ਸੁਣ ਕੇ ਆ ਰਹੇ ਹਾਂ ਉੱਥੇ ਆਲਮ ਕੁਰਾਨ ਪੜ੍ਹਦਾ ਸੀ ਬੰਦੇ ਸੁਬਹਾਨ ਅੱਲਾ ਅਲਹਮਦੁਲਿਲਾ ਤੇਰਾ ਜ਼ਿਕਰ ਬੁਲੰਦ ਕਰਦੇ ਸਨ ਬੰਦੇ ਕਹਿੰਦੇ ਸਨ ਅੱਲਾ ਤੂੰ ਪਾ ਕੇ ਸੁਬਹਾਨ ਅੱਲਾ ਅੱਲਾ ਤੂੰ ਪਾ ਕੇ ਅੱਲਾ ਫਰਮਾਨਗੇ ਫਰਿਸ਼ਤੇ ਉਹ ਗਵਾਹ ਹੋ ਜਾਓ ਜਿਹੜੇ ਜ਼ਮੀਨ ਤੇ ਬਹਿ ਕੇ ਮੈਨੂੰ ਪਾਕ ਕਹਿ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਗੁਨਾਹਾਂ ਤੋਂ ਪਾਕ ਕਰ ਦਿੰਦਾ ਇਸ ਤਰ੍ਹਾਂ ਦੀਆਂ ਮਹਿਫਲਾਂ ਦੇ ਅੰਦਰ ਆਇਆ ਕਰੋ ਬੈਠਿਆ ਕਰੋ ਅੱਜ ਦੀ ਇਸ ਮਹਿਫਲ ਦਾ ਉਨਵਾਨ ਹੈ ਇਸਲਾਹੇ ਮੁਆਸ਼ਰਾ ਹਜ਼ਰਾਤ ਸਭ ਤੋਂ ਪਹਿਲੇ ਕੋਈ ਵੀ ਤੁਸੀਂ ਦੀਨ ਇਸਲਾਮ ਦਾ ਕੰਮ ਕਰਨਾ ਹੈ ਨਾ ਨਮਾਜ਼ ਪੜ੍ਹਨੀ ਰੋਜ਼ਾ ਰੱਖਣਾ ਹੈ ਸਦਕਾ ਕਰਨਾ ਹੈ ਸਭ ਤੋਂ ਪਹਿਲੇ ਤੁਹਾਡਾ ਅਕੀਦਾ ਦਰੁਸਤ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੇ ਅਕੀਦੇ ਦੇ ਅੰਦਰ ਖਰਾਬੀ ਨਹੀਂ ਹੋਣੀ ਚਾਹੀਦੀ ਜਦੋਂ ਤੁਹਾਡੇ ਅਕੀਦੇ ਦੇ ਅੰਦਰ ਖਰਾਬੀ ਆ ਗਈ ਜਿਹਦਾ ਅਕੀਦਾ ਨਹੀਂ ਠੀਕ ਨਮਾਜ਼ਾਂ ਪੜ੍ਹਦਾ ਰਵੇ ਰੋਜ਼ੇ ਰੱਖਦਾ ਰਵੇ ਸਦਕੇ ਕਰਦਾ ਰਵੇ
जिन्ना मर्जी कोशिश कर ले रब नू राजी करन की अल्लाह राजी नहीं हो सकते। क्यों? क्यों जिस बंदे दा अकीदा ही ठीक नहीं फिर अल्लाह दुल जलाले वाले कराम उस तो राजी किस तरह हो सकते ने। हजरात अकीदे दे अंदर सब तो पहले अकीदे तो ही अल्लाह दी वहदानियत ते ईमान लेके आना, अल्लाह तो इलावा किसे दे सामने सिर सुटना नहीं, अल्लाह दे सामने सिर्फ और सिर्फ अल्लाह दे सामने सर झुकाना, और दूसरे नंबर ते पाक पैगंबर जनाबे हजरत मुहम्मद रसूलुल्लाह सल्लल्लाहु अलैहि व आलिहि वसल्लम दी रिसालत आप दी खत्मे नबूवत ते यकीन रखना। कई लोग आंदे ने अल्लाह दी तौहीद अकीदा तौहीद भी दिल दे अंदर मौजूद है, बड़ा पुख्ता कीता है, नबी पाक दी रिसालत आप दी तौहीद ते भी बड़ा, नबी पाक दी रिसालत आप दी खत्मे नबूवत ते भी बड़ा यकीन है, लेकिन गल इथों रह जांदी है जदों आके सहाबा नूं गालियां कढ़दे। बंदा जितना मर्जी पुख्ता दावा कर लवे मैं नमाजी हां, मेरा ताल्लुक जमात अहले हदीस दे नाल है, जमात अहले सुन्नत दे नाल है, जमात देवबंद दे नाल है, मैं अल्लाह तो इलावा किसे दे सामने सर नहीं सुटदा, सिर्फ रब को मंगना और नबी पाक अलैहि सलातु वस्सलाम दी खत्मे नबूवत ते भी यकीन रखना। काबा दे रब दी कसम उठा के आना, अगर दिल दे अंदर सहाबा दे बारे बुगदे गल के बोलो ईमान मुकम्मल हो सकदा नहीं हो सकदा, क्योंकि साढ़े तक अकीदा तौहीद पहुंचाने वाले सहाबा, साढ़े तक अकीदा रिसालत पहुंचाने वाले सहाबा, साढ़े तक नमाज़ा पहुंचाने वाले सहाबा, नमाज़ का तरीका तुहानू ते मैनू सिखलाने वाले सहाबा, जदों उन्हां सहाबा दे बारे दिल दे अंदर बुगद रख के नमाज पढ़ांगे फिर कित्थों नमाज़ा कबूल होणगीआं। आइए जरा अल्लाह दा कुरान नबी पाक दे सहाबा दी अज़मत सहाबा दी शान, अल्लाह दुल जलाल वल कराम खुद सहाबा दा दिफा कर रहे हैं। साउंड वाले भाई तो गुजारिश है बेस बंद करके ट्रिबल थोड़ी जी खोल दे। आओ जरा अल्लाह दा कुरान सिनाद फरमाओ, अपने असीनियां नु कुरान दे नाल मुनव्वर करके ले जाओ। अल्लाह फरमांदे ने ऐ मेरे महबूब पैगंबर जनाबे मुहम्मद सल्लल्लाहु अलैहि वसल्लम, ऐ मेरे पाक पैगंबर अली सलातु वस्सलाम जी ऐलान फरमा दे हो, फरमाया व इजा कील लहुम आमिनू कमा आमनन्नास कालू अनुमिनु कमा आमन सुफहा अला इन्नहुम हुमुस सुफहा वलाकिन ला यालमून। हज़रात अल्लाह दुल जलाल वल कराम ने अपने पाक कुरान दे अंदर नबी पाक अलैहि सलातु वस्सलाम दे प्यारे सहाबा दा दिफा फरमाया। नबी पाक अलैहि सलातु वस्सलाम दे सीने पाक ते अल्लाह पाक ने कुरान नाजिल फरमाया। अल्लाह फरमांदे ने व इजा कील लहुम आमिनू कमा आमनन्नास, जदों इन्ना मक्के वालियां नू इन्ना काफिरां मुशरिकां नू कहा जांदा है ईमान इस तरह लेके आओ जिस तरह नबी पाक सल्लल्लाहु अलैहि वालैहि वसल्लम दे सहाबा ईमान लेके आए, ये अगों की आंदे ने आंदे ने कालू अनुमिनु कमा आमन सुफहा, क्या असी इस तरह ईमान लेके आईए जिस तरह ये बेवकूफ नाउज बिल्ला ईमान लेके आए। नबी पाक अलैहि सलातु वसलाम दे सहाबा नु बेवकूफ किया जा रहा है। अल्लाह दुल जलाल वल कराम नु ये बात इतनी ना गवार इतनी ना पसंदीदा गुजरी, अल्लाह ने आसमान तो कुरान नाजिल फरमाया, फरमाया अला इन्नहुम हुमुस सुफहा वलाकिन ला यालमून। अल्लाह ने कुरान नाजिल फरमाया, अल्लाह फरमांदे ने मेरे सहाबा नु बुरा भला कहण वाले, मेरे सहाबा नु बेवकूफ कहण वाले असल दे अंदर खुद बहुत बड़े बेवकूफ ने, असल दे अंदर खुद बहुत बड़े अहमक ने, असल दे अंदर खुद बहुत बड़े बेअकल ने। हजरत रब्बुल आलमीन नु सहाबा दी नाफरमानी सहाबा दी गुस्ताखी इतनी नागवार गुजरी, अल्लाह दुल जलाल वल कराम ने आसमान तो कुरान नाजिल फरमा दिता। हजरत सी क्यों ना सहाबा
सहाबा की अजमत बयान करिए, असी क्यों ना पैगंबर दे सहाबा की अजमत का दिफा करिए, क्यों ना सहाबा कराम का तज़किरा खैर करिए, जिन्ना दे तज़किरे अरशां ते रब्बुल आलमीन ने कीते, जिन्ना दे चर्चे अल्लाह दुल जलाले वल कराम ने फरिश्तियां दी मौजूदगी दे अंदर कीते। कौन नबी पाक अलैहि सलातु वस्सलाम दे सहाबा के शागिर्दी जिन्ना ने प्यारे दी कीती, शागिर्दी जिन्ना ने प्यारे दी कीती, उमर सारी अंदर नजारे ते बीती, नजारे ते बीती, इशारे ते बीती, नबी जी दे घर ते दवारे ते बीती, ओ नबी जी दी फौजां कितारां दे साथी, ओ लैलां दे साथी, नहारां दे साथी, ओ नबी दे सहाबा नू जो मंदा सुना सी, खुदा दी कसम ओ जहन्नम नू जा सी। जेड़ा नबी पाक अलैहि सलातु वस्सलाम दे सहाबा दे बारे तबर्रा करेगा, सहाबा दे बारे दिल दे अंदर मुकद रखेगा, फरमाया उहदा जन्नत दे नाल कोई ताल्लुक नहीं। और जानदे हो अल्लाह पाक ने अपने कुरान दे अंदर सहाबा दे मुतल्लिक फरमाया रज़ियल्लाहु अन्हुम व रज़ूहुम, के सहाबा दी जमात मैं रब ते राज़ी ऐ ते मैं रब इन्हां सहाबा ते राज़ी हो गया। तुसीं जानदे हो अल्लाह पाक ने जदों तुहानू ते मैनू अपनी जन्नत दा दाखला अता करना है, दुआ करो जिवें इत्थे इकट्ठे आ अल्लाह जन्नत विच वी इंज इकट्ठे आ फरमा दे। और दुआ फरमाओ साडे हाजी साहिब माशाल्लाह सारी जिंदगी मस्जिद दे अंदर ही गुजर गई, हुण बीमार ने, मस्जिद दे अंदर आन तो कासर ने, दुआ फरमाओ हाजी मोहम्मद दीन साहब अल्लाह पाक साडे बुजुर्गां नूं सेहत तो ईमान अफीयत तंदुरुस्ती वाली लंबी जिंदगी अता फरमाए। कल कयामत दा दिन होएगा, अल्लाह ने जनतियां नूं जन्नत अता करके ना अल्लाह ने पुछना है, ऐ मेरे जनतियो, ऐ मेरे बंदियो, कुछ होर चाहिए, ओ कोई होर नेमत, अल्लाह सब कुछ ही वादू है, अल्लाह किसे नेमत की जरूरत नहीं, अल्लाह थक गए हैं नेमतां कठियां कर करके, अल्लाह फरमानगे ऐ मेरे बंदियो, दो नेमतां अल्लाह पाक ने उदों अता करनी है अपने बंदियां दे। सब तो पहली नेमत नबी पाक फरमाते ने जनतियां और अल्लाह के दरमियान जेड़ा पर्दा होएगा अल्लाह पर्दा हटा के जनतियां नूं अपना दीदार नसीब फरमा दे। और जदों भी दुआ करिया करो ना अल्लाह को जन्नतुल फिरदौस मंगिया करो कि अल्लाह सानू जन्नतुल फिरदौस अता फरमाए, क्योंकि नबी पाक ने फरमाया जन्नतुल फिरदौस के अंदर बंदा इंज नजर उतां नूं उठाएगा तो डायरेक्ट अल्लाह का दीदार नसीब हो जाएगा। नाराज नहीं हो गल अल्लाह पाक ने कदों करनी है जदों अल्लाह ने जन्नतियां नूं जन्नत अता कर देनी है, लेकिन उन्हां दी अज़मत ते शान दे क्या कहने जिन्हां नूं रब दुनिया ते कह रहे ने रज़ी अल्लाहु अन्हुम व रज़ूहुम। नबी पाक दे सहाबा दुनिया ते अल्लाह दुल जलाल वल कराम ने रज़ी अल्लाह दे तगमे अता कर दिते। आओ जरा सुनो नबी पाक अलैहि सलातु वस्सलाम दा फरमान सहाबा दी अज़मत ते शान दे मुतल्लिक। पाक पैगंबर अली सलातु वस्सलाम ने फरमाया माशाल्लाह खतीब इस्लाम मेरे बरादर अकबर हजरत मौलाना हाफिज हारून यासर बगवी साहब माशाल्लाह तशरीफ लाए ने, नारे तकबीर, नारे तकबीर हाफिज हारून यासर बगवी साहेब माशाल्लाह मेरे तो बाद इंशाल्लाह मुदल्लल मुफस्सल खिताब फरमाएंगे। आओ जरा दो चार गल्लां सहाबा दी अज़मत के बारे में हदीस सुनान लगा सा। नबी पाक अलैहि सलातु वस्सलाम ने फरमाया आका फरमांदे ने मन सब्बा असहाबी फअलैहि लानतुल्लाहि वल मलाइकति वन नासि अजमईन।
ਕੀਤੀਆਂ ਅੱਲਾਹ ਦੁਲ ਜਲਾਲ ਵਲ ਕਰਾਮ ਦੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਆਪ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ ਮਨ ਸਬਾ ਅਸਹਾਬੀ ਜਿਹੜਾ ਮੇਰੇ ਸਹਾਬਾ ਨੂੰ ਬੁਰਾ ਭਲਾ ਕਹੇ ਜਿਹੜਾ ਮੇਰੇ ਸਹਾਬਾ ਨੂੰ ਗਾਲੀਆਂ ਨਿਕਾਲੇ ਫਰਮਾਇਆ ਫਾ ਅਲੈਹਿ ਲਾਨਤੁਲਲਾ ਉਹਦੇ ਤੇ ਅੱਲਾਹ ਦੁਲ ਜਲਾਲ ਵਲ ਕਰਾਮ ਦੀ ਲਾਨਤ ਹੈ ਵਲ ਮਲਾਇਕਾਤੀ ਉਹਦੇ ਤੇ ਅੱਲਾਹ ਦੁਲ ਜਲਾਲ ਵਲ ਕਰਾਮ ਦੇ ਫਰਿਸ਼ਤਿਆਂ ਦੀ ਵੀ ਲਾਨਤ ਹੈ ਵਲ ਮਲਾਇਕਾਤੀ ਵੰਨਾਸੀ ਅਜਮਾਈਨ ਫਰਮਾਇਆ ਉਹਦੇ ਤੇ ਸਾਰੀ ਕਾਇਨਾਤ ਦੇ ਲੋਕਾਂ ਦੀ ਲਾਨਤ ਹੈ ਕਿਹੜਾ ਬੰਦਾ ਜਿਹੜਾ ਸਹਾਬਾ ਨੂੰ ਬੁਰਾ ਭਲਾ ਕਹੇ ਜਿਹੜਾ ਸਹਾਬਾ ਦੇ ਮੁਤਲਕ ਆਪਣੇ ਦਿਲਾਂ ਦੇ ਅੰਦਰ ਬੁਗਦ ਰੱਖੇ ਸਹਾਬਾ ਦੇ ਮੁਤਲਕ ਜ਼ੁਬਾਨ ਦਰਾਜ਼ੀਆਂ ਕਰੇ ਕੌਣ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਸਹਾਬਾ ਆਖਰ ਤੇ ਮੈਂ ਮੁਹੱਬਤ ਤੇ ਪਿਆਰ ਨਾਲ ਕਹਿਣਾ ਚਾਹੁੰਦਾ ਸਾਊਂਡ ਵਾਲਿਆ ਭਾਈ ਥੋੜ੍ਹੀ ਜਿਹੀ ਆਵਾਜ਼ ਖੋਲ ਦੇ ਦਰਾ ਕੌਣ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਸਹਾਬਾ ਅਗਰ ਤੁਸੀਂ ਬੇਦਾਰ ਹੋ ਤੇ ਮੈਨੂੰ ਪਤਾ ਚੱਲ ਜਾਏਗਾ ਕਿ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਮੋਮਿਨ ਫਰਦੇ ਮੋਮਣੋ ਮੋਮਣੋ ਮੋਮਿਲ ਤੇ ਫਰਦੇ ਹਰ ਆਣ ਬੋਲੇ ਮੋਮਿਲ ਤੇ ਫਰਦੇ ਹਰ ਆਣ ਬੋਲੇ ਜੇ ਤਾਈਂ ਚੱਲਦੀ ਹਰ ਇੱਕ ਜ਼ੁਬਾਨ ਬੋਲੇ ਵਾ ਵਾ ਸਹਾਬਾ ਵਾ ਵਾ ਸਹਾਬਾ ਤੁਸੀਂ ਵੀ ਜ਼ਰਾ ਮੁਹੱਬਤ ਪਿਆਰ ਨਾਲ ਪੜ੍ਹ ਲਓ ਨਾ ਵਾ ਵਾ ਸਹਾਬਾ ਵਾ ਵਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਜਿੰਨਾ ਸਭ ਕੁਫਰ ਦੇ ਹੈ ਨਜ਼ੋਰ ਤੋੜੇ ਜਿੰਨਾ ਸਭ ਕੁਫਰ ਦੇ ਹੈ ਨਜ਼ੋਰ ਤੋੜੇ ਜਿੰਨਾ ਵਿੱਚ ਸਮੁੰਦਰਾਂ ਤੋੜਾਏ ਘੋੜੇ ਦਰਿਆ ਜਿਨ੍ਹਾਂ ਨੂੰ ਦਿੱਤਾ ਰਾ ਸਹਾਬਾ ਦਰਿਆ ਜਿਨ੍ਹਾਂ ਨੂੰ ਦਿੱਤਾ ਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਕੁਝ ਤੂੰ ਵੀ ਮੰਨ ਲੈ ਇਨਸਾਨ ਬਣ ਜਾ ਕੁਝ ਤੂੰ ਵੀ ਮੰਨ ਲੈ ਇਨਸਾਨ ਬਣ ਜਾ ਨਾ ਸਿੱਧ ਬਣਾ ਕੇ ਤੂੰ ਸ਼ੈਤਾਨ ਬਣ ਜਾ ਜੰਨਤ ਨੂੰ ਜੀਦੀ ਹੈਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਆਖਰੀ ਵਾਰੀ ਮਿਲ ਕੇ ਪੜ੍ਹ ਲਓ ਆਖਰੀ ਵਾਰੀ ਤੇਰਾ ਮੁਹੱਬਤ ਨਾਲ ਮਿਲ ਕੇ ਪੜ੍ਹ ਲਓ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਸੋਹਣੇ ਨਬੀ ਦੇ ਉਜ਼ਾਰਾ ਸਹਾਬਾ ਵਾ ਵਾ ਸਹਾਬਾ ਵਾ ਵਾ ਸਹਾਬਾ ਅੱਲਾ ਜਬ ਤੱਕ ਦਿੰਦਾ ਰੱਖੀ ਅੱਲਾ ਦਿਲਾਂ ਦੇ ਅੰਦਰ ਸਹਾਬਾ ਦੀ ਮੁਹੱਬਤ ਸਹਾਬਾ ਦਾ ਪਿਆਰ ਦਿੰਦਾ ਰੱਖੀ ਇਨਸ਼ਾਅੱਲਾ ਰਹਿਮਾਨ ਕਿਆਮਤ ਦੀਆਂ ਕੰਧਾਂ ਤੱਕ ਜਬ ਤੱਕ ਦਿੰਦਾ ਰਹਾਂਗੇ ਸਹਾਬਾ ਦੀ ਅਜ਼ਮਤ ਸਹਾਬਾ ਦਾ ਮੁਕਾਮ ਸਹਾਬਾ ਦਾ ਮਰਤਬਾ ਬਿਆਨ ਕਰਦੇ ਰਵਾਂਗੇ ਕੋਈ ਅਬੂ ਬਕਰ ਦੀ ਸਦਾਕਤ ਤੇ ਉਂਗਲੀ ਉਠਾਏ ਕੋਈ ਉਮਰ ਦੀ ਅਦਾਲਤ ਤੇ ਉਂਗਲੀ ਉਠਾਏ ਕੋਈ ਉਸਮਾਨ ਦੀ ਸਖਾਵਤ ਤੇ ਉਂਗਲੀ ਉਠਾਏ ਕੋਈ ਅਲੀ ਮੁਰਤਜ਼ਾ ਦੀ ਸ਼ਜਾਅਤ ਤੇ ਉਂਗਲੀ ਉਠਾਏ ਕੋਈ ਮੁਆਵਿਆ ਦੀ ਸਿਆਸਤ ਤੇ ਉਂਗਲੀ ਉਠਾਏ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਅਹਿਲੇ ਹਦੀਸ ਅਹਿਲੇ ਸੁਨਨਤ ਦਾ ਬੱਚਾ ਬੱਚਾ ਜਬ ਤੱਕ ਜ਼ਿੰਦਾ ਰਹੇਗਾ ਸਹਾਬਾ ਦੀ ਇਜ਼ਮਤ ਦੇ ਡੰਕੇ ਬਜਾਂਦਾ ਰਹੇਗਾ ਕੌਲੀ ਹਾਦਾ ਅਸਤਗਫਿਰੁ ਅੱਲਾਹ ਲੀ ਵਲਕੁਮ ਵਲਿਸਾਇਰਿਲ ਮੁਸਲਿਮੀਨ ਵਲ ਮੁਸਲਿਮਾਤ।